ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਜੋ ਡਿਜ਼ਾਈਨ ਬੁਟੀਕ ਤੇ ਸਵਾਗਤ ਹੈ ਜੀ ਜਿਹੜੀ ਆਪਣੀ ਅੱਜ ਦੀ ਵੀਡੀਓ ਆ ਇਹ ਆਪਾਂ ਦੁਪੱਟੇ ਦੇ ਬਾਰੇ ਦੱਸਾਂਗੇ ਕਿ ਤੁਸੀਂ ਦੁਪੱਟੇ ਦੇ ਉੱਤੇ ਕਿਸ ਤਰ੍ਹਾਂ ਆਪਣੇ ਘਰੇ ਲੈਸ ਲਗਾ ਸਕਦੇ ਹੋ ਬਿਨਾ ਮਸ਼ੀਨ ਤੋਂ ਬਿਨਾ ਸੂਈ ਤੋਂ ਬਿਨਾ ਧਾਗੇ ਤੋਂ ਤੇ ਆਜੋ ਆਪਾਂ ਦੁਪੱਟੇ ਦੇ ਉੱਤੇ ਅੱਜ ਤੁਹਾਨੂੰ ਲੈਸ ਲਾਉਣਾ ਦੱਸਾਂਗੇ ਤੇ ਆਜੋ ਵੀਡੀਓ ਸ਼ੁਰੂ ਕਰਦੇ ਆਂ ਜਿਹਦੇ ਲਈ ਆਪਾਂ ਸਭ ਤੋਂ ਪਹਿਲਾਂ ਦੁਪੱਟੇ ਦੀ ਲੋੜ ਆ ਆਪਾਂ ਦੁਪੱਟਾ ਲਿੱਤਾ ਵਾ ਤੇ ਇਹ ਦੁਪੱਟੇ ਦੇ ਮੇਰੇ ਇਧਰਲੀ ਅੰਦਰਲੀ ਸਾਈਡ ਟਿਸ਼ੂ ਲੱਗਿਆ ਹੋਇਆ ਵਾ ਤੇ ਇਧਰਲੀ ਸਾਈਡ ਇਹਦੀ ਪਾਈਪਿੰਗ ਆ ਰਹੀ ਆ ਤੇ ਇਹਦੇ ਉੱਤੇ ਆਪਾਂ ਅੱਜ ਲੈਸ ਲਗਾ ਕੇ ਦੱਸਾਂਗੇ ਜਿਹੜੀ ਮੇਰੇ ਕੋਲ ਅੱਜ ਲੈਸ ਆ ਇਹਦੇ ਉੱਤੇ ਮਿਰਰ ਤੇ ਮੋਤੀ ਲੱਗੇ ਹੋਏ ਨੇ ਇਹਦੇ ਉੱਤੇ ਮਸ਼ੀਨ ਨਹੀਂ ਚੱਲਦੀ ਹੈਗੀ ਜਿਵੇਂ ਆਪਾਂ ਮਸ਼ੀਨ ਚਲਾਉਂਦੇ ਵੀ ਹਾਂ ਤਾਂ ਇਧਰਲੇ ਪਾਸੇ ਸਿਲਾਈ ਆਊਗੀ ਜਦੋਂ ਮੈਂ ਇਧਰਲੇ ਪਾਸੇ ਸਿਲਾਈ ਕਰੂੰਗੀ ਤਾਂ ਸ਼ੀਸ਼ੇ ਟੁੱਟ ਜਾਣਗੇ ਤੇ ਤਾਂ ਕਰਕੇ ਇਹਨੂੰ ਆਪਾਂ ਕਿਸ ਤਰ੍ਹਾਂ ਐਡ ਕਰਨਾ ਵਾ ਚੁੰਨੀ ਦੇ ਵਿੱਚ ਉਹਦੇ ਬਾਰੇ ਦੱਸੂੰਗੀ ਉਸ ਦੇ ਲਈ ਆਪਾਂ ਨੂੰ ਦੁਪੱਟਾ ਚਾਹੀਦਾ ਵਾ ਆਪਾਂ ਨੇ ਲੈਸ ਲੈ ਲਈ ਤੇ ਸਭ ਤੋਂ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ ਉਹ ਹੈਗੀ ਆ ਜੀ ਆਪਣੇ ਕੋਲ ਰਿਵਰਸੀਬਲ ਟੇਪ ਜਿਹੜੀ ਆਪਣੇ ਕੋਲ ਆ ਟੇਪ ਆ ਇਹ ਮਾਰਕੀਟ ਦੇ ਵਿੱਚੋਂ ਮਿਲ ਜਾਂਦੀ ਹੈ ਜਿੱਥੋਂ ਆਪਣੇ ਬੁਟੀਕ ਦਾ ਸਮਾਨ ਲੈਂਦੇ ਹਾਂ ਉੱਥੋਂ ਇਹ ਟੇਪ ਮਿਲ ਜਾਂਦੀ ਆ ਅਤੇ ਇਹ ਟੇਪ ਦੇ ਰਾਹੀਂ ਆਪਾਂ ਅੱਜ ਤੁਹਾਨੂੰ ਦੱਸੂਗੀ ਕਿ ਕਿਸ ਤਰ੍ਹਾਂ ਤੁਸੀਂ ਦੁਪੱਟੇ ਦੇ ਉੱਤੇ ਲੈਸ ਲਗਾ ਸਕਦੇ ਹੋ ਬਿਨਾਂ ਮਸ਼ੀਨ ਤੋਂ ਕੋਈ ਵੀ ਆਪਣੇ ਘਰ ਇਹਨੂੰ ਲਗਾ ਸਕਦਾ ਵਾ ਬਿਨਾਂ ਸੂਈ ਦੀ ਲੋੜ ਆ ਨਾ ਧਾਗੇ ਦੀ ਲੋੜ ਆ ਨਾ ਆਪਾਂ ਨੂੰ ਮਸ਼ੀਨ ਦੀ ਲੋੜ ਆ ਅਤੇ ਉਹਦੇ ਲਈ ਆਪਾਂ ਨੇ ਇਹ ਦੇਖੋ ਦੁਪੱਟਾ ਰੱਖਿਆ ਵਾ ਅਤੇ ਆਪਾਂ ਦੁਪੱਟਾ ਰੱਖਣ ਤੋਂ ਬਾਅਦ ਆਪਾਂ ਨੇ ਟੇਪ ਦਾ ਇੱਕ ਸਿਰਾ ਕੱਢਣਾ ਵਾ ਸਿਰੇ ਤੋਂ ਆਹ ਦੇਖੋ ਆਪਾਂ ਨੇ ਇਹਨੂੰ ਇੱਥੇ ਲਾ ਦਿੱਤੀ ਇੱਥੇ ਲਾਉਣ ਤੋਂ ਬਾਅਦ ਪ੍ਰੈਸ ਆਪਾਂ ਨੇ ਗਰਮ ਕਰ ਲੈਣੀ ਆ ਗਰਮ ਕਰਨ ਤੋਂ ਬਾਅਦ ਆਹ ਦੇਖੋ ਤੁਸੀਂ ਇਹਨੂੰ ਇਹਦੇ ਜਮ੍ਹਾਂ ਹੀ ਆ ਕਿਨਾਰੀ 'ਤੇ ਰੱਖੀ ਹੈ ਮੈਂ ਟੇਪ ਆਪਾਂ ਨੇ ਇੱਥੇ ਟੇਪ ਸੈੱਟ ਕਰ ਲੈਣੀ ਆ ਟੇਪ ਸੈੱਟ ਕਰਨ ਤੋਂ ਬਾਅਦ ਵਿੱਚ ਪ੍ਰੈਸ ਗਰਮ ਕਰ ਲੈਣੀ ਆ ਲੈਸ ਨੂੰ ਆਪਾਂ ਨੇ ਇੱਥੇ ਧਰ ਲੈਣਾ ਵਾ ਏ ਅਤੇ ਇਹਨੂੰ ਆਪਾਂ ਨੇ ਉਲਟਾ ਕਰ ਦੇਣਾ ਦੁਪੱਟੇ ਸਿਰਫ ਇਹਦੀ ਹਲਕੀ ਜਿਹੀ ਕਿਨਾਰੀ ਬਾਹਰ ਆ ਅਤੇ ਇੱਥੇ ਆਪਾਂ ਨੇ ਕਰੀ ਜਾਣੀ ਆ ਪ੍ਰੈਸ ਗਰਮ ਆ ਆਪਣੀ ਦੈਨ ਫਿਰ ਆਪਾਂ ਨੇ ਟੇਪ ਉਮੀ ਰੱਖੀ ਆ ਟੇਪ ਅਤੇ ਲੈਸ ਦੇ ਆਪਾਂ ਇਹ ਬਿਲਕੁਲ ਹੀ ਇੱਥੇ ਨੀਚੇ ਆਹ ਦੇਖੋ ਟੇਪ ਰੱਖੀ ਹੋਈ ਆ ਅਤੇ ਇਹਨੂੰ ਇਹਦੇ ਨਾਲ ਅਟੈਚ ਕਰ ਲੈਣਾ ਵਾ ਦੁਪੱਟੇ ਨਾਲ ਦੋਨਾਂ ਚੀਜ਼ਾਂ ਨੂੰ ਆਪਾਂ ਨੇ ਇਕੱਠਾ ਫੜਿਆ ਹੋਇਆ ਵਾ ਥੱਲੋਂ ਟੇਪ ਨੂੰ ਵੀ ਅਤੇ ਲੈਸ ਨੂੰ ਵੀ ਪ੍ਰੈਸ ਚੱਕਣੀ ਆ ਪ੍ਰੈਸ ਚੱਕਣ ਤੋਂ ਬਾਅਦ ਆਪਾਂ ਨੇ ਇਹਦੇ ਉੱਤੇ ਪ੍ਰੈਸ ਐਂ ਲਗਾ ਦੇਣੀ ਆ ਜਦੋਂ ਆਪਾਂ ਉੱਪਰ ਇਹਦੇ ਪ੍ਰੈਸ ਕਰਾਂਗੇ ਦੁਪੱਟੇ ਦੇ ਉੱਤੇ ਨਾਲ ਦੀ ਨਾਲ ਆਪਣੀ ਇਹ ਇਧਰਲੇ ਪਾਸੇ ਦੇਖੋ ਆਹ ਦੇਖੋ ਆਪਣੀ ਆ ਬਹੁਤ ਜ਼ਿਆਦਾ ਸੋਹਣੀ ਲੈਸ ਲੱਗ ਰਹੀ ਆ ਨਾ ਸਿਲਾਈ ਦੀ ਲੋੜ ਆ ਆਪਾਂ ਨੂੰ ਇਹਦੇ ਵਿੱਚ ਅਤੇ ਬਹੁਤ ਜਲਦੀ ਲੈਸ ਲੱਗ ਜੂਗੀ ਜੇ ਆਪਾਂ ਇਹ ਮਸ਼ੀਨ 'ਤੇ ਲਗਾਵਾਂਗੇ ਇੱਕ ਤਾਂ ਆਪਣਾ ਮਸ਼ੀਨ ਦੀਆਂ ਸੂਈਆਂ ਟੁੱਟਣਗੀਆਂ ਇਹਦੇ ਵਿੱਚ ਅਤੇ ਜਦੋਂ ਫਿਰ ਕੱਚ ਇਹ ਟੁੱਟਦਾ ਵਾ ਇਹ ਭੁਰ ਜਾਂਦਾ ਵਾ ਕਈ ਵਾਰੀ ਅੱਖਾਂ ਉੱਖਾਂ 'ਚ ਵੀ ਚੱਲ ਜਾਂਦਾ ਵਾ ਤਾਂ ਕਰਕੇ ਇਹ ਜਿਵੇਂ ਕੱਚ ਵਾਲੀਆਂ ਹੈਗੀਆਂ ਨੇ ਲੈਸਾਂ ਇਹ ਈਜ਼ੀ ਤਰੀਕਾ ਵਾ ਉਹਨਾਂ ਨੂੰ ਲਾਉਣ ਦਾ ਨਾਲੇ ਇਹ ਲੈਸ ਬਹੁਤ ਜਲਦੀ ਈਜ਼ੀ ਲੱਗ ਜਾਂਦੀ ਆ ਜਿਹਨਾਂ ਨੂੰ ਮਸ਼ੀਨ ਚਲਾਉਣੀ ਵੀ ਨਹੀਂ ਆਉਂਦੀ ਉਹ ਵੀ ਇਹ ਲੈਸ ਲਗਾ ਸਕਦੇ ਨੇ ਬਹੁਤ ਆਸਾਨ ਤਰੀਕੇ ਨਾਲ ਸਾਰੀਆਂ ਭੈਣਾਂ ਇਹ ਕੰਮ ਆਪਣੇ ਘਰ ਕਰ ਸਕਦੀਆਂ ਨੇ ਮੈਂ ਨਾਲ ਹੀ ਆ ਦੇਖੋ ਟੇਪ ਫੜੀ ਜਾਂਦੀ ਆ ਨਾਲ ਹੀ ਮੇਰੇ ਕੋਲ ਲੈਸ ਫੜੀ ਹੋਈ ਆ ਨਾਲ ਹੀ ਤੀਸਰੇ ਨੰਬਰ 'ਤੇ ਦੁਪੱਟਾ ਕਰਕੇ ਫੜ ਕੇ ਇਹਨੂੰ ਆਪਾਂ ਨੇ ਵਿਛਾਉਣਾ ਵਾ ਬਸ ਤਿੰਨੇ ਚੀਜ਼ਾਂ ਨੂੰ ਆਪਾਂ ਨੇ ਐਂ ਫੜੀ ਜਾਣਾ ਵਾ ਅਤੇ ਪ੍ਰੈਸ ਮਾਰੀ ਜਾਣੀ ਆ ਹੁਣ ਮੈਂ ਲਾਸਟ 'ਤੇ ਤੁਹਾਨੂੰ ਸਾਰੀ ਦੁਪੱਟੇ 'ਤੇ ਲੈਸ ਲਾ ਕੇ ਦਿਖਾਉਂਦੀ ਹਾਂ ਆਹ ਦੇਖੋ ਇਹ ਆਪਣੇ ਦੁਪੱਟੇ 'ਤੇ ਦੇਖੋ ਲੈਸ ਲੱਗ ਗਈ ਇਹ ਤੁਸੀਂ ਆਪਣੀ ਇਸ ਹਿਸਾਬ ਨਾਲ ਆਪਣੇ ਦੁਪੱਟੇ ਦੇ ਉੱਤੇ ਲੈਸ ਲਗਾ ਸਕਦੇ ਹੋ ਇਹਦੇ ਵਿੱਚ ਸਭ ਤੋਂ ਮੇਨ ਰੋਲ ਸਿਰਫ ਆਪਣੀ ਆ ਰਿਵਰਸੀਬਲ ਟੇਪ ਦਾ ਹੀ ਆ ਜੇ ਆਪਣੇ ਕੋਲ ਇਹ ਨਹੀਂ ਹੈਗੀ ਤਾਂ ਆਪਾਂ ਨੂੰ ਸਿਲਾਈ ਹੀ ਲਗਾਉਣੀ ਪੈਣੀ ਆ ਜੇ ਆਪਣੇ ਕੋਲ ਇਹ ਟੇਪ ਹੈਗੀ ਆ ਤਾਂ ਆਪਾਂ ਆਹ ਤਰੀਕਾ ਅਪਣਾ ਕੇ ਆਪਾਂ ਦੁਪੱਟੇ ਦੇ ਉੱਤੇ ਲੈਸ ਲਗਾ ਸਕਦੇ ਹਾਂ ਬਿਨਾਂ ਮਸ਼ੀਨ ਤੋਂ ਬਿਨਾਂ ਸੂਈ ਤੋਂ ਬਿਨਾਂ ਧਾਗੇ ਤੋਂ ਆਪਾਂ ਇਹ ਚੀਜ਼ ਨੂੰ ਆਪਣੇ ਦੁਪੱਟੇ ਦੇ ਉੱਤੇ ਐਡ ਕਰ ਸਕਦੇ ਹਾਂ ਅਤੇ ਇਹ ਉਤਰੂਗੀ ਵੀ ਨਹੀਂ ਇਹ ਜਿੰਨਾ ਤੁਸੀਂ ਮਰਜ਼ੀ ਦੁਪੱਟਾ ਵਾਸ਼ ਕਰ ਲਿਓ ਇਹ ਉਤਰੂਗੀ ਨਹੀਂ ਅਤੇ ਵੀ ਇਹ ਬਹੁਤ ਕਾਰਗਰ ਚੀਜ਼ ਆ ਬਹੁਤ ਵਧੀਆ ਵਾ ਇਹ ਚੀਜ਼ ਬਹੁਤ ਵਧੀਆ ਵਾ ਅਤੇ ਇਹਦੇ ਰਾਹੀਂ ਤੁਸੀਂ ਆਹ ਦੇਖੋ ਦੁਪੱਟੇ ਦੇ ਉੱਤੇ ਆਪਣੇ ਉੱਤੇ ਲੈਸ ਲਗਾ ਸਕਦੇ ਹੋ ਨੋਰਮਲ ਲੈਸ ਆ ਜਿਹੜੀ ਉਹ ਸ਼ਾਇਦ ਪਰ ਇਹ ਬਹੁਤ ਜ਼ਿਆਦਾ ਜਿਵੇਂ ਇਹਦੇ ਉੱਤੇ ਆਪਾਂ ਤਕਰੀਬਨ ਮਸ਼ੀਨ ਯੂਜ਼ ਨਹੀਂ ਕਰ ਸਕਦੇ ਹੈਗੇ ਵੀ ਇਹ ਬੈਸਟ ਆ ਇਹਦੇ ਲਈ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ ਜੀ ਅੱਜ ਦੀ ਵੀਡੀਓ ਵੇਖਣ ਲਈ